ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਗੁਰਪਿਆਰਿਓ, ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਵੀਡੀਓ ਦੇ ਟਾਈਟਲ ਤੋਂ ਆਪ ਜੀ ਨੂੰ ਪਤਾ ਲੱਗਿਆ ਹੈ ਕਿ ਅੱਜ ਅਸੀਂ ਕਿਹੜੀ ਗੱਲ ਕਰਨ ਲੱਗੇ ਹਾਂ। ਅੱਜ ਅਸੀਂ ਗੱਲ ਕਰਾਂਗੇ ਚੁਪਹਿਰਾ ਸਾਹਿਬ ਜੀ ਦੇ ਰਿਲੇਟਿਡ। ਗੁਰਪਿਆਰਿਓ, ਗੁਰਬਾਣੀ ਦਾ ਜੋ ਆਨੰਦ ਮਾਣਦਾ ਹੈ, ਜੋ ਪਾਠ ਕਰਦਾ ਹੈ, ਸਿਮਰਨ ਕਰਦਾ ਹੈ, ਅਤੇ ਉਸ ਆਨੰਦ ਨੂੰ ਉਹੀ ਬੰਦਾ ਜਾਣ ਸਕਦਾ ਹੈ ਜੋ ਗੁਰਬਾਣੀ ਪੜ੍ਹ ਰਿਹਾ ਹੈ, ਸਿਮਰਨ ਕਰ ਰਿਹਾ ਹੈ। ਜੇ ਦੂਜੇ ਕਿਸੇ ਨੂੰ ਦੱਸਿਆ ਜਾਵੇ ਕਿ ਮੈਨੂੰ ਬਹੁਤ ਆਨੰਦ ਮਿਲਿਆ ਹੈ, ਮੇਰੇ ਬਹੁਤ ਕਾਰਜ ਰਾਸ ਹੋਏ ਨੇ, ਅਤੇ ਦੂਜਾ ਬੰਦਾ 100% ਵਿਸ਼ਵਾਸ ਨਹੀਂ ਕਰ ਸਕਦਾ, ਉਸ ਦੇ ਮਨ ਦੇ ਵਿੱਚ ਸ਼ੰਕਾ ਹੁੰਦਾ ਹੈ। ਅਤੇ ਪਰ ਜੋ ਗੁਰਬਾਣੀ ਆਪਣੇ ਆਪ ਪੜ੍ਹ ਰਿਹਾ ਹੈ, ਉਹ ਆਨੰਦਿਤ ਹੁੰਦਾ ਹੈ, ਉਸਦੇ ਕਾਰਜ ਰਾਸ ਹੁੰਦੇ ਨੇ, ਉਹ ਜਾਣਦਾ ਹੈ। ਗੁਰੂ ਸਾਹਿਬ ਜੀ ਦਾ ਪਵਿੱਤਰ ਬਚਨ ਹੈ, ਇਹ ਜੋ ਬਾਣੀ ਪੜ੍ਹਨ ਵਾਲੇ ਨੇ, ਗੁਰੂ ਨੂੰ ਪਿਆਰ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਉਹੀ ਇਸ ਦਾ ਰਸ ਜਾਣਦੇ ਨੇ। ਜਿਸ ਤਰ੍ਹਾਂ ਕੋਈ ਗੂੰਗਾ ਮਿੱਠਾ ਖਾਂਦਾ ਹੈ ਅਤੇ ਉਸ ਦਾ ਸਵਾਦ, ਉਸ ਦਾ ਰਸ ਉਹੀ ਜਾਣਦਾ ਹੈ, ਦੂਜੇ ਉਸ ਰਸ ਨੂੰ ਮਹਿਸੂਸ ਨਹੀਂ ਕਰ ਸਕਦੇ। ਜਿਹੜਾ ਜਾਣਦਾ ਹੈ, ਜਿਹੜਾ ਉਸ ਨੂੰ ਮਹਿਸੂਸ ਕਰਦਾ ਹੈ, ਉਹੀ ਜਾਣਦਾ ਹੈ। ਅਤੇ ਚੁਪਹਿਰਾ ਸਾਹਿਬ ਜੀ ਦੇ ਲਈ ਬਹੁਤ ਗੱਲਾਂ ਹੁੰਦੀਆਂ ਨੇ ਕਿ ਚੁਪਹਿਰਾ ਸਾਹਿਬ ਇਹ ਭੇਡ ਚਾਲ ਹੈ, ਇਹ ਕੋਈ ਮਰਿਆਦਾ ਨਹੀਂ ਹੈ, ਇਸ ਦਾ ਕੋਈ ਲਾਭ ਨਹੀਂ ਹੈ। ਪਿਆਰਿਓ, ਜੇ ਇਸ ਗੱਲ ਨੂੰ ਆਪ ਜੀ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਤਾਂ ਇੱਕ ਵਾਰ ਆਪ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੋ ਚੁਪਹਿਰਾ ਸਾਹਿਬ ਵਾਲੇ ਦਿਨ, ਸੰਡੇ ਵਾਲੇ ਦਿਨ, ਅਤੇ ਉੱਥੇ ਜਾ ਕੇ ਆਪ ਜੀ ਵੇਖੋਗੇ ਗੁਰਪਿਆਰਿਓ, ਆਪ ਜੀ ਨੂੰ ਇੱਕ ਨਹੀਂ ਸੈਕੜਾਂ ਹੀ ਸੰਗਤਾਂ ਐਸੀ ਮਿਲ ਜਾਣਗੀਆਂ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਖੁਸ਼ੀ ਦੇ ਅਥਰੂ ਹੋਣਗੇ, ਜੋ ਸ਼ੁਕਰਾਨੇ ਵਜੋਂ ਚੁਪਹਿਰਾ ਸਾਹਿਬ ਦੀ ਹਾਜ਼ਰੀਆਂ ਭਰ ਰਹੇ ਹੋਣਗੇ, ਉਹਨਾਂ ਦੇ ਕਾਰਜ ਰਾਸ ਹੋਏ ਹੋਣਗੇ ਅਤੇ ਪ੍ਰਸੰਨ ਚਿੱਤ ਹੋਣਗੇ ਕਿ ਸਾਡਾ ਤਾਂ ਜੀਵਨ ਹੀ ਬਦਲ ਚੁੱਕਿਆ ਹੈ, ਬਾਬਾ ਜੀ ਦੀ ਕਿਰਪਾ ਹੋਈ ਹੈ, ਗੁਰੂ ਸਾਹਿਬ ਜੀ ਦੀ ਮਿਹਰ ਹੋਈ ਹੈ, ਜਦੋਂ ਤੋਂ ਅਸੀਂ ਇੱਥੇ ਹਾਜ਼ਰੀ ਭਰਨ ਲੱਗੇ ਹਾਂ। ਅਤੇ ਐਸੀ ਸੈਂਕੜੋਂ ਹੀ ਸੰਗਤਾਂ ਆਪ ਜੀ ਨੂੰ ਉੱਥੇ ਮਿਲ ਜਾਣਗੀਆਂ। ਪਹਿਰਾ ਸਾਹਿਬ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ, ਗੁਰੂ ਚਰਨਾਂ ਵਿੱਚ ਨਤਮਸਤਕ ਹੋਇਆ ਜਾਂਦਾ ਹੈ, ਅਤੇ ਇਸ ਦਾ ਲਾਭ ਜ਼ਰੂਰ ਹੈ। ਇਹ ਕੋਈ ਵਿਹਲਿਆਂ ਦਾ ਕੰਮ ਨਹੀਂ, ਕਈ ਇਹ ਵੀ ਕਹਿੰਦੇ ਨੇ ਕਿ ਇਹ ਤਾਂ ਵਿਹਲਿਆਂ ਦਾ ਕੰਮ ਹੈ, ਪਰ ਨਹੀਂ, ਇਹ ਕੋਈ ਵਿਹਲਿਆਂ ਦਾ ਕੰਮ ਨਹੀਂ ਹੈ ਚੁਪਹਿਰਾ ਸਾਹਿਬ ਵਿੱਚ ਹਾਜ਼ਰੀ ਭਰਨੀ। ਅਤੇ ਇਸ ਤੋਂ ਦੂਜਾ ਤਰੀਕਾ ਆਪ ਜੀ ਇੱਕ ਹੋਰ ਆਜ਼ਮਾ ਸਕਦੇ ਹੋ, ਤੁਸੀਂ ਆਪਣੇ ਆਪ ਇੱਕ ਮਹੀਨਾ ਜਾਂ 4-5 ਐਤਵਾਰ ਤੁਸੀਂ ਚੁਪਹਿਰਾ ਸਾਹਿਬ ਆਪਣੇ ਆਪ ਆਪਣੇ ਮੂੰਹ ਤੋਂ ਬੋਲ ਕੇ ਬਾਣੀ ਪੜ੍ਹੋ, ਅਤੇ ਆਪ ਜੀ ਨੂੰ ਪਤਾ ਲੱਗ ਜਾਵੇਗਾ ਕਿ ਚੁਪਹਿਰਾ ਸਾਹਿਬ ਵਿੱਚ ਜੋ ਬਾਣੀਆਂ ਪੜ੍ਹੀ ਜਾਂਦੀਆਂ ਨੇ, ਗੁਰੂ ਸਾਹਿਬ ਜੀ ਦੇ ਬਚਨ ਪੜ੍ਹੇ ਜਾਂਦੇ ਨੇ, ਗੁਰਬਾਣੀ ਪੜ੍ਹੀ ਜਾਂਦੀ ਹੈ, ਅਤੇ ਆਪ ਜੀ ਨੂੰ ਆਪਣੇ ਆਪ ਹੀ ਮਹਿਸੂਸ ਹੋ ਜਾਵੇਗਾ ਕਿ ਇਹ ਕੋਈ ਮਾੜਾ ਕੰਮ ਨਹੀਂ, ਇਹ ਕੋਈ ਵਿਹਲਿਆਂ ਦਾ ਕੰਮ ਨਹੀਂ, ਇਹ ਕੋਈ ਭੇਡ ਚਾਲ ਨਹੀਂ ਹੈ। ਆਪਣੇ ਆਪ ਜੀ 5 ਐਤਵਾਰ ਆਪਣੇ ਆਪ ਪਾਠ ਕਰਕੇ ਵੇਖੋ ਤਾਂ ਆਪ ਜੀ ਨੂੰ ਮਹਿਸੂਸ ਹੋਵੇਗਾ। ਗੁਰਪਿਆਰਿਓ, ਬਿਨਾਂ ਕਿਸੇ ਵਸਤੂ ਨੂੰ ਆਪਣੇ ਸਰੀਰ ਉੱਤੇ, ਤਨ ਮਨ ਦੇ ਉੱਤੇ ਹੰਢਾਇਆ ਅਸੀਂ ਉਸਨੂੰ ਚੰਗੀ ਤਰ੍ਹਾਂ ਜਾਣ ਨਹੀਂ ਸਕਦੇ। ਜਿਵੇਂ ਗਰੀਬੀ ਅਮੀਰੀ ਨੂੰ ਅਸੀਂ ਆਪਣੇ ਸਰੀਰ ਦੇ ਉੱਤੇ ਹੰਢਾਉਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ, ਸਾਨੂੰ ਮਹਿਸੂਸ ਹੁੰਦਾ ਹੈ।
ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਜੀਵਾਂ ਤੋਂ ਗੁਰਬਾਣੀ ਪੜ੍ਹਾਂਗੇ ਤਨ ਕਰਕੇ ਮਨ ਕਰਕੇ ਪੜ੍ਹਾਂਗੇ। ਤੁਸੀਂ ਪੰਜ ਐਤਵਾਰ ਕਰਕੇ ਵੇਖ ਲਓ, ਆਜ਼ਮਾਇਸ਼ ਦੇ ਲਈ ਹੀ ਕਰਕੇ ਵੇਖ ਲਓ। ਆਪ ਜੀ ਪੰਜ ਐਤਵਾਰ ਕਰਨ ਤੋਂ ਬਾਅਦ ਆਪ ਜੀ ਦਾ ਮਨ ਆਨੰਦਿਤ ਹੋਵੇਗਾ। ਆਪ ਜੀ ਮੰਨ ਜਾਓਗੇ ਕਿ ਇਹ ਜੋ ਚੁਪਹਿਰਾ ਸਾਹਿਬ ਵਿੱਚ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ, ਇਹ ਕੋਈ ਪਖੰਡ ਨਹੀਂ, ਇਹ ਕੋਈ ਵਿਹਲਿਆਂ ਦਾ ਕੰਮ ਨਹੀਂ, ਇਹ ਕੋਈ ਭੇਡ ਚਾਲ ਨਹੀਂ, ਇਹ ਕੋਈ ਉਲਟ ਮਰਿਆਦਾ ਨਹੀਂ। ਆਪ ਜੀ ਆਪਣੇ ਆਪ ਹੀ ਸਮਝ ਜਾਓਗੇ। ਸੋ ਗੁਰ ਪਿਆਰਿਓ, ਹੋਰ ਵੀਰ ਭੈਣਾਂ ਨੂੰ ਵੀ ਇਹ ਜਾਣਕਾਰੀ ਮਿਲ ਜਾਵੇ, ਉਹਨਾਂ ਦੀ ਵੀ ਅੱਖਾਂ ਖੁੱਲ੍ਹ ਜਾਣ। ਇਸ ਕਰਕੇ ਆਪ ਜੀ ਨੇ ਇਹ ਵੀਡੀਓ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਨੀ ਹੈ। ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣਗੇ। ਕਿਸੇ ਹੋਰ ਵੀਰ ਭੈਣ ਨੂੰ ਗੁਰਬਾਣੀ ਦੇ ਜੋੜਨ ਦੇ ਵਿੱਚ ਆਪ ਜੀ ਵੀ ਸਹਾਇਕ ਹੋਵੋਗੇ। ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਜੀ। ਗਲਤੀਆਂ ਭੁੱਲ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।